ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਿੰਦਰਜੀਤ ਸਿੰਘ। ਇਹ ਵਿਸ਼ਾ ਕਰਮਕਾਂਡੀ ਸਮਾਜ ਦੇ ਨਾਲ ਜੁੜਿਆ ਹੋਇਆ ਹੈ। ਸੋ ਦੋਸਤੋ, ਜੋ ਅੱਜ ਦਾ ਸਾਡਾ ਵਿਸ਼ਾ ਹੈ ਉਹ ਇਹ ਹੈ ਕਿ ਕੀ ਕੋਈ ਦੇਵੀ ਸ਼ਕਤੀ ਜਾਂ ਕੋਈ ਦੇਵ ਸ਼ਕਤੀ ਕਿਸੇ ਇਨਸਾਨੀ ਸਰੀਰ ਦੇ ਵਿੱਚ ਆ ਸਕਦੀ ਹੈ। ਆਪਾਂ ਕੁਝ ਧਾਰਮਿਕ ਗ੍ਰੰਥਾਂ ਦੇ ਵੇਰਵਿਆਂ ਦੇ ਆਧਾਰ 'ਤੇ ਆਪਾਂ ਇਹ ਵਿਚਾਰ ਤੁਹਾਡੇ ਨਾਲ ਕਰਾਂਗੇ, ਕੁਝ ਵਿਗਿਆਨਿਕ ਸਿਧਾਂਤਾਂ ਦੇ ਆਧਾਰ 'ਤੇ ਇਹ ਵਿਚਾਰ ਤੁਹਾਡੇ ਨਾਲ ਕਰਾਂਗੇ। ਦੋਸਤੋ, ਸੋਸ਼ਲ ਮੀਡੀਆ 'ਤੇ ਅਕਸਰ ਹੀ ਅਸੀਂ ਹਰ ਦਿਨ ਕੋਈ ਨਾ ਕੋਈ ਨਵੀਆਂ ਚੀਜ਼ਾਂ ਦੇਖਦੇ ਰਹਿੰਦੇ ਹਾਂ। ਕਦੇ ਕੋਈ ਕਹਿੰਦੇ ਵੀ ਕਿਸੇ ਵਿੱਚ ਮਾਤਾ ਆ ਗਈ, ਕਿਸੇ ਕੋਈ ਕਿਸੇ ਕਹਿ ਦਿੰਦਾ ਵੀ ਕੋਈ ਕਿਸੇ 'ਚ ਭਗਵਾਨ ਬਜਰੰਗ ਬਲੀ ਆ ਗਏ, ਕੋਈ ਕੋਈ ਕਹਿ ਦਿੰਦਾ ਸਾਡੇ 'ਚ ਮਾਤਾ ਸ਼ੇਰਾਂ ਵਾਲੀ ਆਉਂਦੀ ਹੈ, ਕੋਈ ਕਹਿ ਦਿੰਦਾ ਸਾਡੇ 'ਚ ਮਾਤਾ ਕਾਲੀ ਆਉਂਦੀ ਹੈ। ਸੋ ਦੋਸਤੋ, ਸਭ ਤੋਂ ਪਹਿਲਾਂ ਜੋ ਧਾਰਮਿਕ ਵਿਚਾਰਧਾਰਾ ਰੱਖਦੇ ਹਨ, ਜੋ ਇਹਨਾਂ ਮਹਾਂਸ਼ਕਤੀਆਂ ਦੀ ਪੂਜਾ ਕਰਦੇ, ਇਹਨਾਂ ਨੂੰ ਮੰਨਦੇ, ਇਹਨਾਂ ਦੇ ਇਸ਼ਟ ਮੰਨਦੇ ਹਨ, ਸਭ ਤੋਂ ਪਹਿਲਾਂ ਇਹ ਸਵਾਲ ਉਹਨਾਂ ਦੇ ਲਈ ਹੈ, ਤੁਸੀਂ ਦੱਸ ਸਕਦੇ ਹੋ ਕਿ ਕੋਈ ਦੇਵ ਸ਼ਕਤੀ ਜਾਂ ਮਹਾਂਸ਼ਕਤੀ ਕਿਸੇ ਦੂਸਰੇ ਸਰੀਰ ਵਿੱਚ ਆ ਸਕਦੀ ਹੈ? ਅਗਰ ਨਹੀਂ ਤਾਂ ਫਿਰ ਇਹ ਪਖੰਡ ਕਿਉਂ ਹੋ ਰਿਹਾ? ਹੁਣ ਆਪਾਂ ਆਉਂਦੇ ਹਾਂ ਮਾਂ ਭਗਵਤੀ ਅਤੇ ਭਗਵਾਨ ਸ਼ਿਵ ਦੇ, ਆਪਾਂ ਉਹ ਇਤਿਹਾਸਿਕ ਸਰੋਤਾਂ ਕੰਨੀ ਉਹ ਧਾਰਮਿਕ ਗ੍ਰੰਥਾਂ ਦੇ ਆਧਾਰ 'ਤੇ ਆਪਾਂ ਵਿਚਾਰ ਕਰਦੇ ਹਾਂ। ਧਾਰਮਿਕ ਗ੍ਰੰਥ ਕਹਿੰਦੇ ਹਨ, ਗਰੁੜ ਪੁਰਾਣ ਕਹਿੰਦਾ ਹੈ, ਜੋ ਕਿ ਬੰਦੇ ਦੀ ਇਨਸਾਨ ਦੀ ਮੌਤ ਤੋਂ ਬਾਅਦ ਦੇ ਜੋ ਕਿਰਿਆ ਕਰਮ ਹਨ ਜਾਂ ਮੌਤ ਤੋਂ ਬਾਅਦ ਕੀ ਵਾਪਰਦਾ ਹੈ ਉਹਦੇ ਬਾਰੇ ਇਹ ਗ੍ਰੰਥ ਚਾਨਣਾ ਪਾਉਂਦਾ ਹੈ। ਗਰੁੜ ਪੁਰਾਣ ਕਹਿੰਦਾ ਹੈ ਕਿ ਜਦੋਂ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤਾਂ ਉਹ ਤਦ ਤੱਕ ਸਰੀਰ ਦੇ ਕੋਲ ਰਹਿੰਦੀ ਹੈ ਜਦੋਂ ਤੱਕ ਸਰੀਰ ਦਾ ਅੰਤਿਮ ਸੰਸਕਾਰ ਨਹੀਂ ਕਰ ਦਿੱਤਾ ਜਾਂਦਾ। ਇਹ ਗਰੁੜ ਪੁਰਾਣ ਦੇ ਵਿੱਚ ਇਹ ਚੀਜ਼ ਦਰਜ ਹੈ। ਜਿਹਨੇ ਗਰੁੜ ਪੁਰਾਣ ਨਹੀਂ ਪੜ੍ਹਿਆ ਉਹ ਕਿਰਪਾ ਕਰਕੇ ਇਸ ਗ੍ਰੰਥ ਨੂੰ ਪੜ੍ਹ ਜ਼ਰੂਰ ਲਵੇ ਅਤੇ ਪਿੰਡ ਦਾਨ ਤੋਂ ਬਾਅਦ ਹੀ ਉਹ ਆਤਮਾ ਆਪਣੇ ਅਗਲੇ ਸਫ਼ਰ ਨੂੰ ਨਿਕਲਦੀ ਹੈ। ਇਹ ਗਰੁੜ ਪੁਰਾਣ ਦੇ ਵਿੱਚ ਲਿਖਿਆ ਗਿਆ ਹੈ। ਅਤੇ ਜੇਕਰ ਕੋਈ ਆਤਮਾ ਕਿਸੇ ਸਰੀਰ ਦੇ ਵਿੱਚ ਦੁਬਾਰਾ ਵੜ ਸਕਦੀ ਹੁੰਦੀ ਤਾਂ ਗਰੁੜ ਪੁਰਾਣ ਦੇ ਮੁਤਾਬਕ ਉਹ ਆਤਮਾ ਕੋਲ ਰਹਿੰਦੀ ਹੈ ਸਰੀਰ ਦੇ, ਤਾਂ ਉਹ ਵਾਪਸ ਸਰੀਰ 'ਚ ਜਾ ਸਕਦੀ ਆ। ਪਰ ਨਹੀਂ, ਕੁਦਰਤ ਦਾ ਨਿਯਮ ਹੈ, ਇੱਕ ਵਾਰੀ ਜਿਹੜੇ ਸਵਾਸ ਨਿਕਲ ਗਏ ਉਹਨਾਂ ਨੂੰ ਦੁਬਾਰਾ ਨਹੀਂ ਪਾਇਆ ਜਾ ਸਕਦਾ। ਇੱਕ ਵਾਰ ਜਿਹੜੀ ਚੀਜ਼ ਦੇ ਵਿੱਚੋਂ ਇਹ ਸਵਾਸ ਜਾਂ ਆਤਮਾ ਨਿਕਲ ਗਈ ਉਹਨੂੰ ਦੁਬਾਰਾ ਨਹੀਂ ਪਾਇਆ ਜਾ ਸਕਦਾ। ਇਹ ਗਰੁੜ ਪੁਰਾਣ ਦੇ ਸਿਧਾਂਤ ਦੇ ਮੁਤਾਬਕ ਇਹ ਗੱਲ ਬਿਲਕੁਲ ਗਲਤ ਹੈ। ਜੇ ਕੋਈ ਕਵੇ ਕਿ ਮੇਰੇ ਵਿੱਚ ਦੇਵ ਸ਼ਕਤੀਆਂ ਆਉਂਦੀਆਂ ਹਨ, ਬਿਲਕੁਲ ਗਲਤ ਹੈ। ਦੇਵ ਸ਼ਕਤੀਆਂ ਦੀਆਂ ਜਿਹੜੀ ਫ੍ਰੀਕੁਐਂਸੀ ਹੁੰਦੀ ਹੈ, ਇਹਨਾਂ ਨੂੰ ਅਨੁਭਵ ਕਰਨ ਦਾ ਇੱਕ ਤਰੀਕਾ ਹੈ। ਉਸ ਤਰ੍ਹਾਂ ਦੇ ਮਨ, ਉਸ ਤਰ੍ਹਾਂ ਦੇ ਸਰੀਰ ਚਾਹੀਦੇ। ਪਰ ਕਦੇ ਵੀ ਫਿਰ ਵੀ ਦੇਵ ਸ਼ਕਤੀਆਂ ਕਿਸੇ ਆਮ ਸਰੀਰ ਵਿੱਚ ਪ੍ਰਵੇਸ਼ ਨਹੀਂ ਕਰਦੀਆਂ, ਕਦੀ ਵੀ ਨਹੀਂ ਕਰਦੀਆਂ। ਸੋ ਉਸ ਤੋਂ ਅੱਗੇ ਆਪਾਂ ਗੱਲ ਚੱਲਦੇ ਹਾਂ ਲੈ ਕੇ ਸ਼ਿਵ ਪੁਰਾਣ ਦੇ ਵਿੱਚ। ਸਦਾ ਸ਼ਿਵ ਦੇ ਨਾਲ ਸੰਬੰਧਿਤ ਇਹ ਗ੍ਰੰਥ ਹੈ, ਜੋ ਪਰਮ ਪਿਤਾ ਪਰਮੇਸ਼ਵਰ ਸਦਾ ਅਵਿਨਾਸ਼ੀ ਭਗਵਾਨ ਸ਼ਿਵ ਦਾ ਇਹ ਗ੍ਰੰਥ ਹੈ। ਅਤੇ ਇਹਦੇ ਵਿੱਚ ਜੋ ਵਿਚਾਰਧਾਰਾ ਜੋ ਇਸ ਗ੍ਰੰਥ ਦੇ ਵਿੱਚ ਲਿਖਿਆ ਗਿਆ ਹੈ ਮਹਾਂਸ਼ਕਤੀਆਂ ਬਾਰੇ, ਵੀ ਉਹ ਪ੍ਰਵੇਸ਼ ਕਰ ਸਕਦੀਆਂ ਹਨ ਕਿ ਨਹੀਂ ਕਰ ਸਕਦੀਆਂ। ਇੱਕ ਜਿਹੜੀ ਇੱਕ ਇਸ ਗ੍ਰੰਥ ਦੇ ਵਿੱਚ ਕਥਾ ਆਉਂਦੀ ਹੈ, ਭਗਵਾਨ ਸ਼੍ਰੀ ਕਾਰਤਿਕੇ, ਕਹਿਣ ਦਾ ਮਤਲਬ ਭਗਵਾਨ
ਸ਼ਿਵ ਦੇ ਪੁੱਤਰ ਮਾਂ ਭਗਵਤੀ ਭਗਵਾਨ ਸ਼ਿਵ ਦੇ ਵੱਡੇ ਪੁੱਤਰ ਕਾਰਤਿਕੇ ਦੇ ਨਾਲ ਜੁੜੀ ਹੋਈ ਇਹ ਘਟਨਾ ਹੈ। ਕਹਿੰਦੇ ਹਨ ਕਿ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦੀ ਆਤਮਿਕ ਊਰਜਾ ਤੋਂ ਹੀ ਭਗਵਾਨ ਕਾਰਤਿਕੇ ਭਗਵਾਨ ਸ਼ਿਵ ਦੇ ਵੱਡੇ ਪੁੱਤਰ ਦਾ ਜਨਮ ਹੋਇਆ। ਜਦੋਂ ਉਸ ਦਾ ਜਨਮ ਹੋਇਆ, ਭਗਵਾਨ ਕਾਰਤਿਕੇ ਦਾ ਜਨਮ ਹੋਇਆ, ਤਾਂ ਉਸ ਸਮੇਂ ਮਾਂ ਭਗਵਤੀ, ਕਹਿਣ ਦਾ ਮਤਲਬ ਮਾਂ ਪਾਰਵਤੀ ਅਤੇ ਭਗਵਾਨ ਸ਼ਿਵ ਗਹਿਣ ਸਮਾਧੀ ਦੇ ਵਿੱਚ ਸਨ ਅਤੇ ਉਸ ਊਰਜਾ ਨੂੰ ਸਾਂਭਣ ਦੀ ਜ਼ਿੰਮੇਵਾਰੀ ਸ਼੍ਰੀ ਹਰੀ ਨੇ, ਭਗਵਾਨ ਵਿਸ਼ਨੂੰ ਨੇ ਅਗਨੀਦੇਵ ਦੀ ਲਗਾਈ। ਕੁਝ ਤਾਂ ਇਹ ਵੀ ਕਿਹਾ ਜਾਂਦਾ ਭਗਵਾਨ ਵਿਸ਼ਨੂੰ ਨੇ ਲਗਾਈ ਸੀ ਅਤੇ ਕੁਝ ਇਹ ਵੀ ਕਿਹਾ ਜਾਂਦਾ ਕਿ ਇੰਦਰਦੇਵ ਨੇ ਇਹ ਜ਼ਿੰਮੇਵਾਰੀ ਲਗਾਈ ਸੀ। ਪਰ ਜਦੋਂ ਹੀ ਉਹ ਊਰਜਾ ਪਿੰਡ, ਜਾਣੀ ਕਿ ਉਹ ਊਰਜਾ ਦੇ ਸਰੋਤ ਨੂੰ, ਉਸ ਗੋਲੇ ਨੂੰ, ਉਸ ਸਰੀਰ ਨੂੰ, ਉਸ ਬੱਚੇ ਨੂੰ ਆਪਣੇ ਹੱਥਾਂ ਦੇ ਵਿੱਚ ਅਗਨੀਦੇਵ ਨੇ ਜਦੋਂ ਲਿਆ, ਤਾਂ ਉਸ ਦਾ ਤੇਜ਼ ਇੰਨਾ ਜ਼ਿਆਦਾ ਸੀ ਕਿ ਅਗਨੀਦੇਵ ਤੋਂ ਉਹ ਸਾਂਭਿਆ ਨਾ ਗਿਆ। ਅਗਨੀਦੇਵ ਵੀ ਖੁਦ ਵੀ ਸੜਨ ਲੱਗੇ, ਉਹਨਾਂ ਦਾ ਸਰੀਰ ਵੀ ਭਸਮ ਹੋਣ ਲੱਗਾ। ਤਾਂ ਉਹਨਾਂ ਨੇ ਜਲਦ ਵਿੱਚ ਜਾ ਕੇ ਮਾਂ ਗੰਗਾ ਦੀ ਝੋਲੀ ਦੇ ਵਿੱਚ ਭਗਵਾਨ ਕਾਰਤਿਕੇ ਨੂੰ ਸਪੁਰਦ ਕਰ ਦਿੱਤਾ ਮਾਂ ਗੰਗਾ ਦੇ। ਅਤੇ ਮਾਂ ਗੰਗਾ ਤੋਂ ਵੀ ਉਹ ਤੇਜ਼ ਨਹੀਂ ਚੱਲਿਆ ਗਿਆ, ਮਾਂ ਗੰਗਾ ਵੀ ਸੁੱਕਣ ਲੱਗੇ। ਅਤੇ ਉਹ ਜੋ ਸ਼ਕਤੀ ਪਿੰਡ ਸੀ ਜਾਂ ਕਾਰਤਿਕੇ ਦਾ ਉਹ ਸਰੀਰ ਸੀ, ਜੋ ਉਹ ਸ਼ਕਤੀ ਸਰੂਪ ਸੀ, ਜੋ ਪਿੰਡ ਸੀ, ਉਹ ਮਾਂ ਗੰਗਾ ਨੇ ਪ੍ਰਕਿਰਤੀ ਨੂੰ, ਕੁਦਰਤ ਨੂੰ ਸੌਂਪ ਦਿੱਤਾ। ਅਤੇ ਕੁਦਰਤ ਤੋਂ ਵੀ ਉਹ ਪਿੰਡ ਨਹੀਂ ਸਾਂਭਿਆ ਗਿਆ, ਕਿਉਂਕਿ ਉਸਦਾ ਤੇਜ਼ ਬਹੁਤ ਜ਼ਿਆਦਾ ਸੀ, ਉਸਦੀ ਊਰਜਾ ਬਹੁਤ ਜ਼ਿਆਦਾ ਸੀ, ਐਡੀਆਂ ਮਹਾਨ ਸ਼ਕਤੀਆਂ ਤੋਂ ਉਹ ਪਿੰਡ ਨਹੀਂ ਸਾਂਭੇ ਗਏ। ਅੰਤ ਵਿੱਚ ਕੀ ਹੋਇਆ ਕਿ ਉਹ ਪਿੰਡ ਪ੍ਰਕਿਰਤੀ ਤੋਂ ਛੁੱਟਦਾ ਹੋਇਆ ਕੁਦਰਤ ਦੇ ਵਿੱਚ ਜਦੋਂ ਉੱਪਰੋਂ ਹੇਠਾਂ ਡਿੱਗਦਾ, ਤਾਂ ਉਹ ਅਲੱਗ ਅਲੱਗ ਟੁਕੜਿਆਂ 'ਚ, 6-7 ਟੁਕੜਿਆਂ ਦੇ ਵਿੱਚ ਵੰਡਿਆ ਗਿਆ ਅਤੇ ਉਹਨਾਂ ਨੂੰ 6 ਕਿਰਤਿਕਾਵਾਂ ਨੇ ਸੰਭਾਲਿਆ, ਉਹਨਾਂ ਨੂੰ ਪਾਲਿਆ ਪੋਸਿਆ, 6 ਬੱਚਿਆਂ ਦੇ 6 ਸ਼ਿਸ਼ੂਆਂ ਦੇ ਵਿੱਚ ਵੰਡਿਆ ਗਿਆ। ਅਤੇ ਜਦੋਂ ਉਹ ਕਿਰਤਿਕਾਵਾਂ ਨੇ ਉਹ ਸੰਭਾਲਿਆ, ਤਾਂ ਮਾਂ ਭਗਵਤੀ ਨੂੰ ਜਦੋਂ ਪਤਾ ਲੱਗਦਾ ਕਿ ਉਹਨਾਂ ਦਾ ਜੋ ਪੁੱਤਰ ਹੈ ਜਾਂ ਉਹਨਾਂ ਦਾ ਬੱਚਾ ਹੈ ਉਹ ਕਿਰਤਿਕਾਵਾਂ ਕੋਲ ਹੈ, ਤਾਂ ਮਾਂ ਭਗਵਤੀ, ਮਾਂ ਪਾਰਵਤੀ ਉਹਨਾਂ ਕੋਲ ਜਾਂਦੇ ਹਨ ਅਤੇ ਉਸ ਪਿੰਡ ਨੂੰ ਇੱਕ ਕਰਕੇ ਇੱਕ ਬੱਚੇ ਦਾ ਰੂਪ ਦੇ ਦਿੰਦੇ ਹਨ। ਅਤੇ ਕੁਝ ਸਮੇਂ ਤੱਕ ਉਹ ਬੱਚਾ ਉਹਨਾਂ ਕਿਰਤਿਕਾਵਾਂ ਦੇ ਕੋਲ ਹੀ ਪਲਦਾ ਹੈ, ਪੜ੍ਹਦਾ ਹੈ, ਲਿਖਦਾ ਹੈ, ਵੱਡਾ ਹੁੰਦਾ ਹੈ ਅਤੇ ਆਪਣੇ ਜੀਵਨ ਦੇ ਨਾਲ ਸੰਬੰਧਿਤ ਹੋਰ ਚੀਜ਼ਾਂ ਨੂੰ ਸਿੱਖਦਾ ਹੈ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਂ ਭਗਵਤੀ, ਜਾਣੀ ਕਿ ਮਾਂ ਪਾਰਵਤੀ ਅਤੇ ਭਗਵਾਨ ਸ਼ਿਵ ਦਾ ਅੰਸ਼ ਕਾਰਤਿਕੇ, ਉਹਨਾਂ ਨੂੰ ਦੇਵ ਸ਼ਕਤੀਆਂ ਨਹੀਂ ਸੰਭਾਲ ਸਕੀਆਂ। ਇੱਕ ਆਮ ਸਰੀਰ ਮਾਂ ਭਗਵਤੀ ਦੀ ਸ਼ਕਤੀ ਨੂੰ ਕਿਵੇਂ ਸੰਭਾਲ ਸਕਦਾ, ਇੱਕ ਆਮ ਸਰੀਰ ਭਗਵਾਨ ਸ਼ਿਵ ਦੀ ਸ਼ਕਤੀ ਨੂੰ ਕਿਵੇਂ ਸੰਭਾਲ ਸਕਦਾ? ਕਿਉਂਕਿ ਸਾਡੇ ਤੋਂ ਕਾਮ ਊਰਜਾ ਤਾਂ ਸਾਂਭੀ ਨਹੀਂ ਜਾਂਦੀ, ਅਸੀਂ ਮਹਾਂਸ਼ਕਤੀਆਂ ਦੀ ਸ਼ਕਤੀ ਨੂੰ ਕਿਵੇਂ ਸਾਂਭਾਂਗੇ? ਉਹ ਤਾਂ ਹਰ ਦੂਜੇ ਤੀਜੇ ਦਿਨ ਅਸੀਂ ਆਪਣੇ ਕਾਮ ਦੇ ਵਿੱਚ ਬਹਿ ਜਾਂਦੇ ਹਾਂ। ਕਾਮ ਊਰਜਾ ਹੀ ਅਧਿਆਤਮਿਕ ਊਰਜਾ ਹੈ, ਜਦੋਂ ਇਸਦਾ ਸਤਰ ਉੱਚਾ ਉੱਠਦਾ ਹੈ ਤਾਂ ਇਹ ਧਾਰਮਿਕ ਬ੍ਰਹਮੰਡੀ ਊਰਜਾ ਬਣ ਜਾਂਦੀ ਹੈ। ਸਾਡੇ ਤੋਂ ਕਾਮ ਊਰਜਾ ਨਹੀਂ ਸਾਂਭ ਜਾਂਦੀ, ਅਸੀਂ ਗੱਲਾਂ ਕਰਦੇ ਹਾਂ ਜੀ, ਸਾਡੇ ਵਿੱਚ ਮਾਂ ਕਾਲੀ ਆਉਂਦੀ ਹੈ, ਸਾਡੇ ਵਿੱਚ ਮਾਂ ਸ਼ੇਰਾਂ ਵਾਲੀ ਆਉਂਦੀ ਹੈ, ਸਾਡੇ ਵਿੱਚ ਭਗਵਾਨ ਹਨੂੰਮਾਨ ਆਉਂਦੇ ਨੇ। ਇਹ ਬਹੁਤ ਵੱਡਾ ਨਰਾਦਰ ਹੈ ਦੇਵ ਸ਼ਕਤੀਆਂ ਦਾ, ਉਹ ਮਹਾਨ ਰੂਹਾਂ ਦਾ। ਸੋ ਐਸੇ ਪਖੰਡ ਪਾਤ ਦੇ ਉੱਤੇ ਥੋੜ੍ਹਾ ਜਿਹਾ ਵਿਚਾਰ ਕਰਿਆ ਕਰੋ, ਕਿਉਂਕਿ ਧਰਮ ਸ਼ਾਸਤਰਾਂ ਦੇ ਮੁਤਾਬਕ ਜਦੋਂ ਆਤਮਾ ਸਰੀਰ ਛੱਡ ਜਾਂਦੀ ਹੈ, ਉਹ ਤਦ ਤੱਕ ਦੂਸਰੇ ਸਰੀਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ ਜਦ ਤੱਕ ਉਸ ਨੂੰ ਦੂਸਰਾ ਜਨਮ ਨਹੀਂ ਮਿਲ ਜਾਂਦਾ, ਦੂਸਰਾ ਨਵਾਂ ਸਰੀਰ, ਨਵਾਂ ਮਤਲਬ
ਨਿਊ ਬੋਰਨ, ਬਿਲਕੁਲ ਨਵਾਂ ਸਿਰਜਿਆ ਹੋਇਆ ਸਰੀਰ ਨਹੀਂ ਮਿਲ ਜਾਂਦਾ, ਨਵਾਂ ਅਣੂ ਨਹੀਂ ਮਿਲ ਜਾਂਦਾ, ਤਦ ਤੱਕ ਉਹ ਦੂਸਰੇ ਸਰੀਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਸੋ ਐਸੇ ਪਖੰਡ ਪਾਤ ਦੇ ਵਿੱਚੋਂ ਮੈਂ ਸਾਰੇ ਤਾਵੀਰਾਂ ਨੂੰ ਕਹੂੰਗਾ ਧਾਰਮਿਕ ਤੌਰ 'ਤੇ ਆਪਦੇ ਆਪ ਨੂੰ ਨਾ ਬਣਦਿਆਂ ਹੋਇਆ ਇੱਕ ਆਜ਼ਾਦ ਸੋਚ ਦੇ ਨਾਲ ਇਸ ਤਰ੍ਹਾਂ ਦੇ ਪਖੰਡ ਪਾਤ ਦੇ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ ਹੈ, ਕਿਉਂਕਿ ਇਹ ਮਹਾਂਸ਼ਕਤੀਆਂ ਨੇ ਸੰਸਾਰ ਨੂੰ ਸਿੱਧੇ ਰਾਹ ਪਾਇਆ ਸੀਗਾ। ਉਹਨਾਂ ਨੇ ਸੰਸਾਰ ਨੂੰ ਕਿਰਤ ਕਰਨ, ਚੰਗੇ ਸਮਾਜ ਸਿਰਜਣ ਦੀ ਪ੍ਰੇਰਣਾ ਦਿੱਤੀ ਸੀਗੀ। ਪਖੰਡ ਨਹੀਂ ਕਹਿੰਦੇ ਸੀ, ਪਖੰਡ ਤੋਂ ਭਗਵਾਨ ਸ਼ਿਵ ਤਾਂ ਪਖੰਡ ਤੋਂ ਕੋਹਾਂ ਦੂਰ ਸਨ। ਭਗਵਾਨ ਸ਼ਿਵ ਨਾ ਸ਼ੁਭ ਸ਼ੁਭ ਨੂੰ ਮੰਨਦੇ ਸਨ, ਨਾ ਰੁੱਤਾਂ ਰੁੱਤਾਂ ਤਿਥੀ ਵਾਰਾਂ ਨੂੰ ਮੰਨਦੇ ਸਨ, ਨਾ ਦਿਸ਼ਾਵਾਂ ਨੂੰ ਮੰਨਦੇ ਸਨ ਭਗਵਾਨ, ਨਾ ਐਸਟ੍ਰੋਲੋਜੀ ਨੂੰ ਮੰਨਦੇ ਨਹੀਂ ਸਨ। ਭਗਵਾਨ ਸ਼ਿਵ ਐਸੀ ਇੱਕ ਸ਼ਕਤੀ ਨੇ, ਐਸੀ ਇੱਕ ਸ਼ਕਤੀ ਨੇ ਜੋ ਸਭ ਕਰਮ ਕਾਂਡਾਂ ਤੋਂ ਮੁਕਤ ਨੇ। ਜੋ ਭਗਵਾਨ ਸ਼ਿਵ ਸਦਾ ਸ਼ਿਵ ਏਕਾ ਮਾਈ ਉਸ ਪਰਮਾਤਮਾ ਦੇ ਨਾਲ ਜੁੜਦਾ ਹੈ, ਉਸ ਇੱਕ ਅਵਿਨਾਸ਼ੀ ਪਰਮਾਤਮਾ ਦੇ ਨਾਲ ਜੁੜਦਾ ਹੈ, ਉਹ ਸਰਬ ਕਰਮ ਕਾਂਡਾਂ ਤੋਂ ਮੁਕਤ ਹੋ ਜਾਂਦਾ ਹੈ ਜੋ ਸ਼ਿਵ ਸ਼ਕਤੀ ਦੇ ਨਾਲ ਜੁੜਦਾ ਹੈ। ਸ਼ਿਵ ਸ਼ਕਤੀ ਤੋਂ ਭਾਵ ਇੱਕ ਉਸ ਬ੍ਰਹਿਮੰਡ ਦੀ ਸੁਪਰੀਮ ਸ਼ਕਤੀ ਪਾਵਰ ਦੇ ਨਾਲ ਜੁੜਦਾ ਹੈ। ਇਹ ਕਿਸੇ ਧਰਮ ਦਾ ਮਸਲਾ ਨਹੀਂ, ਧਰਮ ਦੇ ਮਸਲੇ 'ਚ ਨਾ ਲੈ ਕੇ ਜਾਇਓ। ਜੋ ਉਹ ਇਸ ਇੱਕ ਸੁਪਰੀਮ ਸ਼ਕਤੀ ਦੇ ਨਾਲ ਜੁੜਦਾ, ਇਸ ਬ੍ਰਹਿਮੰਡ ਦੇ ਨਾਲ ਜੁੜਦਾ ਹੈ, ਉਹ ਸਭ ਕਰਮ ਕਾਂਡਾਂ ਤਿੱਥੀ ਵਾਰਾਂ ਤੋਂ ਮੁਕਤ ਹੋ ਜਾਂਦਾ ਹੈ, ਉਹ ਸਭ ਤਰ੍ਹਾਂ ਦੀ ਦਿਸ਼ਾ ਦੋਸ਼ਾਂ ਤੋਂ ਮੁਕਤ ਹੋ ਜਾਂਦਾ ਹੈ, ਗ੍ਰਹਿ ਦੋਸ਼ਾਂ ਤੋਂ ਮੁਕਤ ਹੋ ਜਾਂਦਾ ਹੈ। ਇਹ ਸੱਚਾਈ ਹੈ, ਭਗਵਾਨ ਸ਼ਿਵ ਦੇ ਗ੍ਰੰਥਾਂ ਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਹਨ। ਇਹ ਤੁਸੀਂ ਜੇਕਰ ਭੈਰਵੀ ਵਿਗਿਆਨ ਤੰਤਰ ਪੜ੍ਹੋਗੇ ਉਸ ਵਿੱਚ ਵੀ ਇਹ ਗੱਲਾਂ ਲਿਖੀਆਂ ਹੋਈਆਂ ਹਨ। ਸਿਰਫ ਧਿਆਨ, ਸਮਾਧੀ, ਸਿਮਰਨ, ਗਿਆਨ ਦਾ ਹੋਣਾ ਹੀ ਪਰਮਾਤਮਾ ਦੀ ਪ੍ਰਾਪਤੀ ਹੈ, ਪਰਮਾਤਮਾ ਦੇ ਵੱਲ ਪੁੱਟਿਆ ਹੋਇਆ ਕਦਮ ਹੈ। ਇਸ ਭਰਮ ਭੁਲੇਖੇ ਦੇ ਵਿੱਚ ਕਦੇ ਨਾ ਪੈ ਜਾਣਾ ਕਿ ਕੋਈ ਦੇਵ ਸ਼ਕਤੀ ਕਿਸੇ ਸਰੀਰ ਦੇ ਵਿੱਚ ਆਊਗੀ। ਆਮ ਸਰੀਰ ਦੇ ਵਿੱਚ ਕਦੇ ਵੀ ਕੋਈ ਦੇਵ ਸ਼ਕਤੀ ਨਹੀਂ ਆ ਸਕਦੀ, ਇਹ ਸੱਚ ਹੈ। ਅੱਜ ਮੰਨ ਲਓ, ਕੱਲ੍ਹ ਮੰਨ ਲਓ, ਪਰ ਮੰਨਣਾ ਹੀ ਪੈਣਾ, ਕਿਉਂਕਿ ਧਰਮ ਗ੍ਰੰਥ ਇਸ ਦਾ ਹਵਾਲਾ ਦਿੰਦੇ ਹਨ, ਸੋ ਐਸੇ ਪਖੰਡਾਂ ਤੋਂ ਜੋ ਦੇਵੀਆਂ ਦੇ ਨਾਂ 'ਤੇ, ਜੋ ਭਗਵਾਨਾਂ ਦੇ ਨਾਂ 'ਤੇ ਪਖੰਡ ਚੱਲਦੇ ਹਨ, ਉਹਨਾਂ ਤੋਂ ਥੋੜ੍ਹਾ ਜਿਹਾ ਸੰਕੋਚ ਕਰੋ। ਆਪਣੇ ਦੇਵ ਗੁਰੂਆਂ ਦੀ, ਆਪਣੀ ਦੇਵ ਸ਼ਕਤੀਆਂ ਦੀ ਇੱਜ਼ਤ ਕਰਨੀ ਸਿੱਖੋ, ਇੱਜ਼ਤ ਕਰਾਉਣੀ ਸਿੱਖੋ, ਉਹਨਾਂ ਦਾ ਨਿਰਾਦਰ ਨਾ ਕਰੋ, ਉਹਨਾਂ ਦੀ ਬੇਅਦਬੀ ਨਾ ਕਰਾਓ, ਕਿਉਂਕਿ ਉਹਨਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਸੋ ਕਦੀ ਵੀ ਇੱਕ ਸਰੀਰ ਦੇ ਵਿੱਚ ਦੂਸਰੀ ਆਤਮਾ ਪ੍ਰਵੇਸ਼ ਨਹੀਂ ਕਰ ਸਕਦੀ। ਜਿੰਨੀ ਜਲਦੀ ਇਹ ਚੀਜ਼ ਨੂੰ ਸਮਝ ਲਵੋਗੇ ਓਨਾ ਹੀ ਤੁਹਾਡੇ ਲਈ ਫਾਇਦਾ ਹੈ। ਸੋ ਅੱਜ ਦੇ ਲਈ ਇੰਨਾ ਹੀ, ਧੰਨਵਾਦ। ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ। ਮੇਰੇ ਵੱਲੋਂ ਤੁਹਾਡੇ ਅੰਦਰ ਬੈਠੇ ਪਰਮਾਤਮਾ ਨੂੰ ਸਾਦਰ ਸਾਦਰ ਪ੍ਰਣਾਮ, ਅਤੇ ਮੇਰੇ ਅੰਦਰ ਬੈਠਾ ਪਰਮਾਤਮਾ ਤੁਹਾਡੇ ਪ੍ਰਣਾਮ ਨੂੰ ਕਬੂਲ ਕਰਦਾ ਹੈ। ਧੰਨਵਾਦ।